ਨਾਂ ਜੀ ਰਣਜੀਤ ਸਿੰਘ, ਪਿੰਡ ਸਵਾਲ ਤੋਂ ਹਾਂ ਜੀ। ਇੱਥੇ ਥੋੜ੍ਹੀ ਸੀ ਬੰਨੀ ਸੀ ਆਪਣੇ 15 ਸਾਲੀਆਂ ਸਾਲ ਹੈਗੇ। ਅਚਾਨਕ ਇੱਕਦਮ ਹੀ ਮਤਲਬ ਘਰੇ ਭੱਜਿਆ ਭੱਜਿਆ ਬੰਦਾ ਗਿਆ, ਦੱਸਿਆ ਕਿ ਸੱਟ ਪਿਆ ਗਿਆ ਪਿਆ ਜੀ। ਜਦ ਇੱਥੇ ਆਣ ਕੇ ਸਾਰੀ ਉੱਥੇ ਮਤਲਬ ਕਿ ਬੱਸ ਤੋਂ ਬਾਹਰ ਹੀ ਸੀ, ਕਾਫੀ ਕੋਸ਼ਿਸ਼ ਕੀਤੀ ਪਾਰਟੀਆਂ ਨਾਲ ਮਤਲਬ ਕਿ ਵਗੈਰਾ ਵਿੱਚ ਨਹੀਂ ਕਰਦੇ, ਕਾਫੀ ਬੰਦੇ ਸੀ ਉੱਥੇ ਅੱਗ ਬੁਝਾਉਣ ਵਾਸਤੇ। ਗੱਲਾਂ ਬਣੀ ਫਿਰ ਫਾਇਰ ਬ੍ਰਿਗੇਡ ਵਾਲੇ ਬੁਲਾਉਣਾ ਪਿਆ, ਲੇਕਿਨ ਇਹ ਨੀ ਪਤਾ ਕਿ ਮਤਲਬ ਅੱਗ ਕਿਸੇ ਨੂੰ ਮਤਲਬ ਕਿ ਬਸ ਇੰਨਾ ਹੀ ਆ ਮਤਲਬ ਕਿ ਵੀ ਜਿੱਦਾਂ ਕਿ ਅਕਸਰ ਪਿੰਡਾਂ 'ਚੋਂ ਕੋਈ ਨਾ ਕੋਈ ਮਤਲਬ ਹਫਰਾਵਾ ਡਿੱਗ ਜਾਂਦਾ ਵਾ। ਨਾਂ ਜੀ ਰਣਜੀਤ ਸਿੰਘ, ਪਿੰਡ ਸਵਾਲ ਤੋਂ ਹਾਂ ਜੀ। ਇੱਥੇ ਥੋੜ੍ਹੀ ਸੀ ਬੰਨੀ ਸੀ ਆਪਣੇ 15 ਸਾਲੀਆਂ ਸਾਲ ਹੈਗੇ। ਅਚਾਨਕ ਇੱਕਦਮ ਹੀ ਮਤਲਬ ਘਰੇ ਭੱਜਿਆ ਭੱਜਿਆ ਬੰਦਾ ਗਿਆ, ਦੱਸਿਆ ਕਿ ਸੱਟ ਪੈ ਗਿਆ ਪਿਆ ਜੀ। ਜਦ ਇੱਥੇ ਆਣ ਕੇ ਸਾਰੀ ਇੱਥੇ ਮਤਲਬ ਕਿ ਬੱਸ ਤੋਂ ਬਾਹਰ ਹੀ ਸੀ, ਕਾਫੀ ਕੋਸ਼ਿਸ਼ ਕੀਤੀ ਪਾਰਟੀਆਂ ਨਾਲ ਮਤਲਬ ਕਿ ਵਗੈਰਾ ਵਿੱਚ ਨਹੀਂ ਕਰਦੇ, ਕਾਫੀ ਬੰਦੇ ਸੀ ਉੱਥੇ ਅੱਗ ਬੁਝਾਉਣ ਵਾਸਤੇ। ਗੱਲਾਂ ਬਣੀ ਫਿਰ ਫਾਇਰ ਬ੍ਰਿਗੇਡ ਵਾਲੇ ਬੁਲਾਉਣਾ ਪਿਆ, ਲੇਕਿਨ ਇਹ ਨੀ ਪਤਾ ਕਿ ਮਤਲਬ ਅੱਗ ਕਿੱਧਰੋਂ ਮਤਲਬ ਕਿ ਬਸ ਇੰਨਾ ਹੀ ਆ ਮਤਲਬ ਕਿ ਵੀ ਜਿੱਦਾਂ ਕਿ ਅਕਸਰ ਪਿੰਡਾਂ 'ਚੋਂ ਕੋਈ ਨਾ ਕੋਈ ਮਤਲਬ ਫਲੋ ਫਲਾਵਾ ਡਿੱਗ ਜਾਂਦਾ ਵਾ, ਇਸ ਤਰੀਕੇ ਨਾਲ ਚੱਕ ਜਿੱਦਾਂ ਕਰਕੇ ਫਲੋ ਫਲਾਵਾ ਆਸੇ ਪਾਸੇ ਡਿੱਗ ਗਿਆ ਕਿਤੇ, ਅਤੇ ਜਿਹੋ ਲਾਗੇ ਖੇਤ ਸੁੱਕਾ ਸੀਗਾ ਉਹ ਫਿਰ ਅੱਗੇ ਗਾ ਹਵਾ ਦੇ ਕਰਕੇ ਆ ਕੇ ਜਾਈ ਤੁਰਾਈ। ਨੁਕਸਾਨ ਜੀ ਇਹ ਬਹੁਤ ਜ਼ਿਆਦਾ ਹੋ ਗਿਆ, ਦੱਸ ਸਾਡੇ ਕਿੰਨਾ ਹੋ ਗਿਆ ਹੈ, ਮਤਲਬ ਕਿ 15 ਟਰਾਲੀਆਂ ਸਨ, ਬਾਕੀ ਉਹਦੀ ਸ਼ਟਰਿੰਗ ਸੀਗੀ ਅਤੇ ਲੇਬਰ ਦੇ ਖਰਚੇ ਉੱਪਰ ਵੱਖਰੇ ਸਨ, ਅਤੇ ਬਾਕੀ ਨਾੜ ਤੁਹਾਨੂੰ ਪਤਾ ਹੀ ਜਿਵੇਂ ਮਿਲਦਾ ਹੈ। ਹੁਣ ਤਾਂ ਬਹੁਤ ਜ਼ਿਆਦਾ ਕੰਟਰੋਲ ਕਰਦੇ ਪਏ ਨੇ, ਬਾਕੀ ਚਲ ਬੱਚਾ ਪਾਣੀ ਦਾ ਭਰਦੇ ਆ, ਦੁਬਾਰਾ ਫਿਰ ਕੋਈ ਗੱਡੀ ਭਰ ਲੈਣਗੇ ਅਤੇ ਬੁਝਾ ਕੇ ਜਾਣਗੇ। ਹਾਂਜੀ ਬਹੁਤ ਫਿਰ ਬਚਾਅ ਗਿਆ, ਜੇ ਪਰਲੇ ਪਾਸੇ ਮੱਕੀ ਸੀ ਬਹੁਤ ਪੱਕੀ ਹੋਈ ਆ, ਸਤਿਗੁਰ ਨੇ ਬੜੀ ਕਿਰਪਾ ਕੀਤੀ ਕਿ ਮਤਲਬ ਉੱਧਰ ਪਾਸੇ ਹਵਾ ਦਾ ਬੁੱਲਾ ਨਹੀਂ ਗਿਆ, ਅਤੇ ਬੰਦਿਆਂ ਲਾਗੇ ਪੈ ਹੋ ਕੇ ਪਾਣੀ ਪਾ ਪਾ ਕੇ ਲਾਗੇ ਮੱਕੀ ਵੱਢ ਕੇ ਮਤਲਬ ਕਿ ਉੱਧਰਲਾ ਪਾਸਾ ਬਚਾ ਲਿਆ, ਅੱਗੇ ਫਸਲ ਖੜੀ ਨੂੰ ਅੱਗ ਨਾ ਜਾ ਗਈ। ਅੱਗ ਲੱਗਣ ਦਾ ਕਾਰਨ ਨਹੀਂ ਜੀ ਸਪਸ਼ਟ, ਤਾਂ ਮਤਲਬ ਇੱਦਾਂ ਗੱਲ ਇਹ ਆ ਮਤਲਬ ਕਿ ਫਲੋ ਫਲਾਵਾ ਕਿਤੇ ਆ ਗਿਆ ਮਤਲਬ ਕਿ, ਜਾਂ ਮਤਲਬ ਕਿ ਕਿਸੇ ਬੱਚੇ ਨੇ ਗੁਸਤਾਖੀ ਕਿਤੇ ਹੋ ਗਈ ਇੱਦਾਂ ਕਰਕੇ। ਨਾਂ ਜੀ ਰਣਜੀਤ ਸਿੰਘ, ਪਿੰਡ ਸਵਾਲ ਤੋਂ ਹਾਂ ਜੀ। ਇੱਥੇ ਥੋੜ੍ਹੀ ਸੀ ਬੰਨੀ ਸੀ ਆਪਣੇ 15 ਸਾਲੀਆਂ ਸਾਲ ਹੈਗੇ। ਅਚਾਨਕ ਇੱਕਦਮ ਹੀ ਮਤਲਬ ਘਰੇ ਭੱਜਿਆ ਭੱਜਿਆ ਬੰਦਾ ਗਿਆ, ਦੱਸਿਆ ਕਿ ਸੱਟ ਪਿਆ ਗਿਆ ਪਿਆ ਜੀ। ਜਦ ਇੱਥੇ ਆਣ ਕੇ ਸਾਰੀ ਉੱਥੇ ਮਤਲਬ ਕਿ ਬੱਸ ਤੋਂ ਬਾਹਰ ਹੀ ਸੀ, ਕਾਫੀ ਕੋਸ਼ਿਸ਼ ਕੀਤੀ ਪਾਰਟੀਆਂ ਨਾਲ ਮਤਲਬ ਕਿ ਵਗੈਰਾ ਵਿੱਚ ਨਹੀਂ ਕਰਦੇ, ਕਾਫੀ ਬੰਦੇ ਸੀ ਉੱਥੇ ਅੱਗ ਬੁਝਾਉਣ ਵਾਸਤੇ। ਗੱਲਾਂ ਬਣੀ ਫਿਰ ਫਾਇਰ ਬ੍ਰਿਗੇਡ ਵਾਲੇ ਬੁਲਾਉਣਾ ਪਿਆ, ਲੇਕਿਨ ਇਹ ਨੀ ਪਤਾ ਕਿ ਮਤਲਬ ਅੱਗ ਕਿਸੇ ਨੂੰ ਮਤਲਬ ਕਿ ਬਸ ਇੰਨਾ ਹੀ ਆ ਮਤਲਬ ਕਿ ਵੀ ਜਿੱਦਾਂ ਕਿ ਅਕਸਰ ਪਿੰਡਾਂ 'ਚੋਂ ਕੋਈ ਨਾ ਕੋਈ ਮਤਲਬ ਹਫਰਾਵਾ ਡਿੱਗ ਜਾਂਦਾ ਵਾ। ਨਾਂ ਜੀ ਰਣਜੀਤ ਸਿੰਘ, ਪਿੰਡ ਸਵਾਲ ਤੋਂ ਹਾਂ ਜੀ। ਇੱਥੇ ਥੋੜ੍ਹੀ ਸੀ ਬੰਨੀ ਸੀ ਆਪਣੇ 15 ਸਾਲੀਆਂ ਸਾਲ ਹੈਗੇ। ਅਚਾਨਕ ਇੱਕਦਮ ਹੀ ਮਤਲਬ ਘਰੇ ਭੱਜਿਆ ਭੱਜਿਆ ਬੰਦਾ ਗਿਆ, ਦੱਸਿਆ ਕਿ ਸੱਟ ਪੈ ਗਿਆ ਪਿਆ ਜੀ। ਜਦ ਇੱਥੇ ਆਣ ਕੇ ਸਾਰੀ ਇੱਥੇ ਮਤਲਬ ਕਿ ਬੱਸ ਤੋਂ ਬਾਹਰ ਹੀ ਸੀ, ਕਾਫੀ ਕੋਸ਼ਿਸ਼ ਕੀਤੀ ਪਾਰਟੀਆਂ ਨਾਲ ਮਤਲਬ ਕਿ ਵਗੈਰਾ ਵਿੱਚ ਨਹੀਂ ਕਰਦੇ, ਕਾਫੀ ਬੰਦੇ ਸੀ ਉੱਥੇ ਅੱਗ ਬੁਝਾਉਣ ਵਾਸਤੇ। ਗੱਲਾਂ ਬਣੀ ਫਿਰ ਫਾਇਰ ਬ੍ਰਿਗੇਡ ਵਾਲੇ ਬੁਲਾਉਣਾ ਪਿਆ, ਲੇਕਿਨ ਇਹ ਨੀ ਪਤਾ ਕਿ ਮਤਲਬ ਅੱਗ ਕਿੱਧਰੋਂ ਮਤਲਬ ਕਿ ਬਸ ਇੰਨਾ ਹੀ ਆ ਮਤਲਬ ਕਿ ਵੀ ਜਿੱਦਾਂ ਕਿ ਅਕਸਰ ਪਿੰਡਾਂ 'ਚੋਂ ਕੋਈ ਨਾ ਕੋਈ ਮਤਲਬ ਫਲੋ ਫਲਾਵਾ ਡਿੱਗ ਜਾਂਦਾ ਵਾ, ਇਸ ਤਰੀਕੇ ਨਾਲ ਚੱਕ ਜਿੱਦਾਂ ਕਰਕੇ ਫਲੋ ਫਲਾਵਾ ਆਸੇ ਪਾਸੇ ਡਿੱਗ ਗਿਆ ਕਿਤੇ, ਅਤੇ ਜਿਹੋ ਲਾਗੇ ਖੇਤ ਸੁੱਕਾ ਸੀਗਾ ਉਹ ਫਿਰ ਅੱਗੇ ਗਾ ਹਵਾ ਦੇ ਕਰਕੇ ਆ ਕੇ ਜਾਈ ਤੁਰਾਈ। ਨੁਕਸਾਨ ਜੀ ਇਹ ਬਹੁਤ ਜ਼ਿਆਦਾ ਹੋ ਗਿਆ, ਦੱਸ ਸਾਡੇ ਕਿੰਨਾ ਹੋ ਗਿਆ ਹੈ, ਮਤਲਬ ਕਿ 15 ਟਰਾਲੀਆਂ ਸਨ, ਬਾਕੀ ਉਹਦੀ ਸ਼ਟਰਿੰਗ ਸੀਗੀ ਅਤੇ ਲੇਬਰ ਦੇ ਖਰਚੇ ਉੱਪਰ ਵੱਖਰੇ ਸਨ, ਬਾਕੀ ਨਾੜ ਤੁਹਾਨੂੰ ਪਤਾ ਹੀ ਜਿਵੇਂ ਮਿਲਦਾ ਹੈ। ਹੁਣ ਤਾਂ ਬਹੁਤ ਜ਼ਿਆਦਾ ਕੰਟਰੋਲ ਕਰਦੇ ਪਏ ਨੇ, ਬਾਕੀ ਚਲ ਬੱਚਾ ਪਾਣੀ ਦਾ ਭਰਦੇ ਆ, ਦੁਬਾਰਾ ਫਿਰ ਕੋਈ ਗੱਡੀ ਭਰ ਲੈਣਗੇ ਅਤੇ ਬੁਝਾ ਕੇ ਜਾਣਗੇ। ਹਾਂਜੀ ਬਹੁਤ ਫਿਰ ਬਚਾਅ ਗਿਆ, ਜੇ ਪਰਲੇ ਪਾਸੇ ਮੱਕੀ ਸੀ ਬਹੁਤ ਪੱਕੀ ਹੋਈ ਆ, ਸਤਿਗੁਰ ਨੇ ਬੜੀ ਕਿਰਪਾ ਕੀਤੀ ਕਿ ਮਤਲਬ ਉੱਧਰ ਪਾਸੇ ਹਵਾ ਦਾ ਬੁੱਲਾ ਨਹੀਂ ਗਿਆ,
ਤੇ ਬੰਦਿਆਂ ਲਾਗੇ ਪੈ ਹੋ ਕੇ ਪਾਣੀ ਪਾ ਪਾ ਕੇ ਲਾਗੇ ਮੱਕੀ ਵੱਢ ਕੇ ਮਤਲਬ ਕਿ ਉਧਰਲਾ ਪਾਸਾ ਬਚਾ ਲਿਆ, ਅੱਗੇ ਫਸਲ ਖੜੀ ਨੂੰ ਅੱਗ ਨਾ ਜਾਵੇ। ਜਿਹੜੀ ਅੱਗ ਲੱਗਣ ਦਾ ਕਾਰਨ ਨਹੀਂ ਜੀ ਸਪਸ਼ਟ, ਤਾਂ ਮਤਲਬ ਇੱਦਾਂ ਗੱਲ ਇਹ ਮਤਲਬ ਕਿ ਫਲੋ ਫਲਾਵਾ ਕਿਤੇ ਆ ਗਿਆ, ਮਤਲਬ ਕਿ ਜਾਂ ਮਤਲਬ ਕਿ ਕਿਸੇ ਬੱਚੇ ਨੇ ਗੁਸਤਾਖੀ ਕਿਤੇ ਹੋ ਗਈ ਇੱਦਾਂ ਕਰਕੇ।